ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ ਨੇ ਜਨਾਬ? ਤੁਸੀਂ ਵੇਖਦੇ ਪਏ ਅਰਸ਼ਦ ਅਲੀ ਟੀ ਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਅਰਸ਼ਦ ਅਲੀ ਜੋਈਆ। ਅਤੇ ਜਿਵੇਂ ਕਿ ਜਨਾਬ ਤੁਹਾਨੂੰ ਪਤਾ ਹੈ ਕਿ ਮੈਂ ਹਰ ਰੋਜ਼ ਕੋਸ਼ਿਸ਼ ਕਰਨਾ ਕਿ ਜਨਾਬ ਤੁਹਾਡੇ ਵਾਸਤੇ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਵਾਂ, ਅਤੇ ਅੱਜ ਵੀ ਜਨਾਬ ਮੈਂ ਲੈ ਕੇ ਆਇਆ। ਆਹ ਮੇਰੇ ਅੱਗੇ ਜਨਾਬ ਇੱਕ ਮੈਂ ਫਿਰਦੀ ਹੈ, ਆਹ ਕੈਮਰਾਮੈਨ ਸਾਹਿਬ, ਇਸ ਮੈਂ ਦੀ ਜਨਾਬ ਕਰਾਓ ਤਸੱਲੀ। ਇਹ ਮੈਂ ਜਨਾਬ ਸੁਮਣ ਵਾਲੀ ਹੈ ਜਾਂ ਸੂਈ ਹੋਈ ਹੈ, ਇਹ ਕਰ ਲਵਾਂਗਾ ਜਨਾਬ ਮਾਲਕ ਨਾਲ ਗੱਲਾਂ, ਅਤੇ ਲੈਣੇ ਦੇਣੇ ਜਨਾਬ ਮੁਕੱਦਰ ਹੁੰਦੇ ਨੇ। ਅਰਸ਼ਦ ਅਲੀ ਟੀ ਵੀ ਚੈਨਲ ਜਨਾਬ ਤੁਹਾਡੇ ਵਾਸਤੇ ਸਫ਼ਰ ਕਰਕੇ ਚੀਜ਼ਾਂ ਪਾਉਂਦਾ ਜਨਾਬ, ਅਤੇ ਲੱਭ ਲੱਭ ਕੇ ਜਨਾਬ ਤੁਹਾਨੂੰ ਚੀਜ਼ਾਂ ਵਿਖਾਉਂਦਾ। ਐਵੇਂ ਨਹੀਂ ਵਿਖਾਉਂਦਾ ਵੀ ਐਵੇਂ ਵਿਖਾ ਵਿਖਾ ਕੇ ਅਤੇ ਤੁਹਾਡਾ ਵੀ ਟਾਈਮ ਜ਼ਾਇਆ ਕਰਾਂ ਅਤੇ ਆਦਾ ਵੀ ਜਨਾਬ ਕੀਤੀ ਰੱਖਾਂ। ਇਹ ਜਨਾਬ ਤੁਸੀਂ ਮੈਂ ਵੇਖ ਰਿਹਾ ਜੇ, ਇਹ ਸੁਮਣ ਵਾਲੀ ਹੈ ਜਾਂ ਸੂਈ ਹੋਈ ਹੈ, ਇਹ ਵੀ ਕਰਾਂਗਾ ਜਨਾਬ ਮਾਲਕ ਨਾਲ, ਅਤੇ ਇਹਦੀ ਜਨਾਬ ਕੈਮਰਾਮੈਨ ਸਾਹਿਬ ਤੁਸੀਂ ਕਰਾਉਣੀ ਹੈ ਤਸੱਲੀ, ਅਤੇ ਮੈਂ ਕਰ ਲੈਣਾ ਮਾਲਕ ਨਾਲ ਗੱਲਾਂ ਇਸ ਮੈਂ ਦੀਆਂ। ਅਤੇ ਭਾਅ ਜੀ ਤੁਸੀਂ ਭਰਾ ਜਾਓ ਮੇਰੇ ਕੋਲ ਅਤੇ ਆਪਣਾ ਮੁੰਡੇ ਨੂੰ ਫੜਾ ਦਿਓ, ਮੈਂ ਫੜ ਲਿਆ ਗਾ। ਸਲਾਮ ਅਲੈਕਮ ਜੀ। ਵਾਲੇਕਮ ਸਲਾਮ ਜੀ। ਨਾਂ ਦੱਸਣਾ ਜੀ? ਮੇਰਾ ਨਾਂ ਜੀ ਜ਼ੈਦ ਹੁਸੈਨ ਹੈ। ਠੀਕ ਹੋ ਗਿਆ ਭਾਈ ਜ਼ੈਦ ਹੈ, ਜਿਹੜੀ ਆਪਣੀ ਮੈਂ ਜੀ, ਇਹ ਦੱਸੋ ਵੀ ਇਹ ਸੁਮਣ ਵਾਲੀ ਹੈ ਜਾਂ ਸੂਈ ਹੋਈ ਹੈ? ਇਹ ਜੀ ਸੁਮਣ ਵਾਲੀ ਹੈ, ਹਾਲੀ 5-7 ਦੇ ਲੈਂਦੀ ਹੈ। ਅੱਛਾ, 5-7 ਦਿਨ ਲੈ ਜਾਏਗੀ ਅਤੇ ਫਿਰ ਇਹ ਸੂ ਪੈਗੀ, ਅਤੇ ਇਹ ਸੁਬਾ ਕਿੰਨਵਾਂ ਸੂਵੇਗੀ? ਇਹ ਸੁਬਾ ਜੀ ਹੁਣ ਸੁਣਦੀ ਪਈ ਹੈ ਤੀਸਰਾ। ਠੀਕ ਹੋ ਗਿਆ। ਅੱਛਾ, ਤੀਸਰਾ ਸੁਬਾ ਇਹ ਸੁਣਦੀ ਪਈ ਹੈ, ਅਤੇ ਤੁਸੀਂ ਕਹਿੰਦੇ ਪਏ ਜੇ ਵੀ ਇਹ ਜਨਾਬ ਜਿਹੜਾ ਇਹ ਸੂ ਪੈਗੀ ਤੀਸਰਾ ਸੁਬਾ, ਅਤੇ ਇਹ ਜਿਹੜੀ ਆਪਣਾ ਮੈਂ ਕਰਦੀ ਹੈ ਆਪਣੀ ਜਾਂ ਖਰੀਦੀ? ਨਹੀਂ ਜੀ, ਘਰ ਦੀ ਹੈ, ਘਰ ਦੇ। ਅੱਛਾ, ਇਹ ਘਰ ਦੀ ਹੈ। ਮੈਂ ਪਿਛਲੇ ਸੁਬਹ ਕਿੰਨਾ ਦੁੱਧ ਕਰਦੀ ਰਹੀ? ਇਹ ਜੀ ਪਿਛਲੇ ਸੁਬਹ ਮੈਂ 18-19-20 ਤੱਕ ਪਹੁੰਚੀ ਹੈ ਦੂਸਰੇ ਸੂਬੇ। ਹਾਂਜੀ ਹਾਂਜੀ, ਦੂਸਰੇ ਸੂਬੇ ਨਾ ਮੈਂ ਟਾਈਮ ਦਾ ਜਿਹੜਾ ਨਾ ਫਲ ਨੂੰ ਛੱਡ ਅਤੇ 8 ਗੱਡਵੀਆਂ ਉਹ ਦਿੰਦੀ ਹੈ। ਠੀਕ ਹੋ ਗਿਆ ਜੀ। ਅਤੇ ਹੁਣ ਇਹ ਸੂਬੇ ਕੀ ਤੀਸਰਾ ਸੂਬਾ, ਯਾਨੀ ਕਿ ਇਹ ਸੂਬਾ ਜਿਹੜਾ ਹੁੰਦਾ ਤੀਸਰਾ, ਮੈਂ ਤਾਂ ਫੁੱਲ ਜੋਬਨ ਦਾ ਹੁੰਦਾ। ਠੀਕ ਹੋ ਗਿਆ ਜੀ। ਅਤੇ ਇਹ ਹੁਣ ਜਿਹੜਾ ਤੁਸੀਂ ਕਹਿੰਦੇ ਜੇ 5-7 ਦਿਹਾੜਿਆਂ ਨੂੰ ਇਹ ਸੂਬੇ ਕੀ? ਠੀਕ ਹੋ ਗਿਆ ਜੀ। ਅਤੇ ਇਸ ਮੈਂ ਦੇ ਹੁਣ ਜਨਾਬ ਇਹ ਦੱਸੋ ਵੀ ਇਹ ਮੈਂ ਦੀਆਂ ਕੋਈ ਚੰਦ ਕੁ ਖੂਬੀਆਂ ਦੱਸੋ ਵੀ ਇਹ ਕਰਾਸ ਹੈ ਜਾਂ ਇੱਕੋ ਹੀ ਨਸਲ ਦੀ ਜੀ? ਨਹੀਂ, ਇਹ ਨੀਲੀ ਦੀ, ਖਾਸ ਨੀਲੀ ਦੀ ਮੈਂ ਇਹ, ਨੀਲੀ ਅਤੇ ਰਿਆਸ਼ਤ ਜਿਹੜਾ ਹੈ ਨਾ ਉਸ ਦੀ ਮੈਂ ਇਹ, ਅਤੇ ਬੜੇ ਦੁੱਧ ਦੇਵਣ ਵਾਲੀ, ਜਿੱਥੇ ਥਾਣੇ ਉਥਾਈ ਥਾਂ ਰੱਖ ਸੀ, ਚੋਵਣ ਬੜੇ ਪੋਲੇ ਸੋਹਣੇ। ਠੀਕ, ਅਗਾੜੀ ਮੈਂ ਦੀ 2.5-3 ਕਿਲੋ, ਫਲ ਨੂੰ ਛੱਡ ਤੇ ਇੱਕ ਟਾਈਮ ਦਾ ਮੈਂ ਕੋਲ 8 ਕਿਲੋ ਦੁੱਧ ਪੱਕਾ ਹੈ। ਠੀਕ ਹੋ ਗਿਆ, ਯਾਨੀ ਕਿ 8-16 ਲੀਟਰ ਬਣਦਾ ਦੋ ਟਾਈਮਾਂ। ਠੀਕ ਹੋ ਗਿਆ। ਹਾਂਜੀ, ਬੱਚੇ ਨੂੰ ਚੰਗਾ ਕੇ ਫੁੱਲ ਰਜਾ ਕੇ ਫੁੱਲ ਚੁੰਗਾ ਤੇ। ਠੀਕ ਹੋ ਗਿਆ ਜੀ। ਤੇ ਇਹ ਆਪਣਾ ਜਿਹੜਾ 16 ਲੀਟਰ ਦੁੱਧ ਕਰਦੀ ਰਹੀ ਮੈਂ, ਇਹਨੂੰ ਕੀ ਖਵਾਉਂਦੇ ਰਹੇ ਜੀ, ਪੱਠੇ ਜਾਂ ਕੋਈ ਖੁਰਾਕ? ਨਹੀਂ ਜੀ, ਨਹੀਂ, ਪੱਠੇ ਜਿਹੜੇ ਹਨ ਨਾ ਆ ਸਾਡੇ ਘਰ ਦੇ ਪੱਠੇ ਹਨ, ਇਹ ਮਹੀਂ ਸਾਡੀ ਘਰ ਦੀਆਂ ਹਨ, ਇਹ ਦੁੱਧ ਬੜਾ ਦਿੰਦੀਆਂ ਹਨ। ਠੀਕ ਹੈ, ਬੜੀਆਂ ਨਸਲੀ ਮਹੀਂ ਹਨ, ਦੁੱਧ ਬੜਾ ਦਿੰਦੀਆਂ ਹਨ। ਇਹਨਾਂ ਨੂੰ ਪੱਠਿਆਂ ਨਾਲ ਰਜਾਈ ਰੱਖ, ਅਸਾਂ ਕਦੇ ਨਹੀਂ ਵੰਡੇ ਵੁੰਡੇ ਜਾਂ ਇਹੋ ਜਿਹੜਾ ਨਾ ਮਾਲ ਕਦੇ ਨਹੀਂ ਪਾਇਆ, ਪੱਠੇ ਹੋਏ ਕਮਾਂ ਜਵੀ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਉਹ ਅਸਾਂ ਇਸਤੇਮਾਲ ਕਰਨੇ ਆ। ਠੀਕ ਹੋ ਗਿਆ, ਯਾਨੀ ਕਿ ਪੱਠੇ ਯਾਨੀ ਕਿ ਤੁਸੀਂ ਪਾਉਂਦੇ ਜੇ, ਖੁਰਾਕ ਕੋਈ ਨਹੀਂ ਪਾਉਂਦੇ? ਹਾਂਜੀ, ਨਹੀਂ, ਖੁਰਾਕ ਨਹੀਂ ਪੈਂਦੇ, ਅਤੇ ਪੱਠੇ ਉਹ ਹੀ ਪਾਉਂਦੇ ਜੇ ਜਿਹੜੇ ਚੱਲਦੇ ਨੇ। ਹਾਂਜੀ ਹਾਂਜੀ, ਇਹ ਹੀ। ਠੀਕ ਹੋ ਗਿਆ ਜੀ। ਅਤੇ ਉਸ ਪੱਠਿਆਂ 'ਤੇ ਦੁੱਧ ਕਰਦੀ ਹੈ? ਠੀਕ ਹੋ ਗਿਆ ਜੀ। ਪੱਠਿਆਂ 'ਤੇ ਸੁਬਹ ਸੁਬਹਗੀ? ਹਾਂਜੀ ਹਾਂਜੀ, ਸੁਬਹ ਇਹ ਸੁਬਹਗੀ ਹੁਣ ਤ੍ਰੀਆ। ਹਾਂਜੀ ਤ੍ਰੀਆ। ਇਸ ਮੈਂ ਹੁਣ ਜਨਾਬ ਫਾਈਨਲ ਜੇ ਪੈਸੇ ਦੱਸਣੇ ਨੇ? ਹਾਂਜੀ, ਇਹ ਜੀ ਮੁੱਲ ਤਾਂ ਭਾਵੇਂ ਜਿੱਦਾਂ ਹੀ ਕੀਤੀ ਰੱਖੀਏ ਨਾ, ਮੈਂ 3.5 ਲੱਖ ਦੀ ਵੇਚਣੀ ਹੈ। ਪੌਣੇ 3 ਲੱਖ? ਕਿੰਨਾ? ਹਾਂਜੀ, ਇਹ 2 ਲੱਖ ਤੇ 75,000 ਮੁੱਲ ਤਾਂ ਮੈਂ 3.25 ਕਰਨੇ ਆ। ਅੱਛਾ, ਹਾਂ, 3.25, ਯਾਨੀ ਕਿ 2-3 ਲੱਖ ਤੇ 25,000 ਰੁਪਇਆ ਮੁੱਲ ਹੈ, ਤੇ 3.25 ਦੀ ਤੁਹਾਨੂੰ ਮੈਂ ਵੇਚਣੀ। ਹਾਂਜੀ, ਇਸ ਤੋਂ ਘੱਟ 1 ਰੁਪਈਆ ਹੀ ਨਹੀਂ ਆਉਣੀ। ਠੀਕ ਹੋ ਗਿਆ। ਅਤੇ ਨੰਬਰ ਹੁੰਦਾ ਜਨਾਬ 0372-92-728, 0372-92-728-27-28 ਜਨਾਬ ਵਟਸਐਪ ਅਤੇ ਈਮੋ ਦਾ ਨੰਬਰ ਹੁੰਦਾ, ਇਸ ਨੰਬਰ 'ਤੇ ਜਨਾਬ ਤੁਸੀਂ ਕਰਨੀ ਹੈ ਕਾਲ। ਅਤੇ ਇਹ ਜਨਾਬ ਜਿਹੜੀ ਮੈਂ ਤ੍ਰੀਆ ਸੁਬਹਾ ਸੂਵੇਗੀ ਜਨਾਬ, ਇਹ ਮੈਂ ਰੋਕਾਂਗਾ, ਅਤੇ ਉਮੀਦ ਕਰਾਂਗਾ ਜਨਾਬ ਕਿ ਅੱਜ ਵਾਲੀ ਵੀਡੀਓ ਤੁਹਾਨੂੰ ਪਸੰਦ ਆਵੇਗੀ। ਅਤੇ ਅਗਲੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਕਰਨਾ ਜਨਾਬ ਸਬਸਕ੍ਰਾਈਬ, ਅਤੇ ਬੈੱਲ ਆਈਕਾਨ ਦੇ ਬਟਨ 'ਤੇ ਮਾਰਨਾ ਹੱਥ, ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚੇ। ਅਤੇ ਮਿਲਾਂਗੇ ਜਨਾਬ ਅਗਲੀ ਵੀਡੀਓ 'ਚ। ਅੱਲਾ ਹਾਫਿਜ਼ ਪਾਕਿਸਤਾਨ।